ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਮੌਜੂਦ ਹਾਂ ਸਥਾਨਕ ਸ਼ਹਿਰ ਲੋਹੀਆਂ ਖਾਸ ਦੇ ਸਿਵਲ ਹਸਪਤਾਲ ਦੇ ਵਿੱਚ, ਜਿੱਥੇ ਕਿ ਸਾਡੇ ਨਾਲ ਪੁਲਿਸ ਪ੍ਰਸ਼ਾਸਨ ਵੀ ਮੌਜੂਦ ਹੈ। ਕਰੋਨਾ ਵਾਇਰਸ ਦਾ ਜਿਹੜਾ ਪੂਰੇ ਵਿਸ਼ਵ ਦੇ ਵਿੱਚ ਜਿਹੜੀ ਬਿਮਾਰੀ ਹੈ ਫੈਲ ਚੁੱਕੀ ਹੈ, ਸਾਡੇ ਨਾਲ ਪੁਲਿਸ ਪ੍ਰਸ਼ਾਸਨ ਮੌਜੂਦ ਹੈ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦੇ ਰਾਹੀਂ ਸਾਰੇ ਨਾਗਰਿਕਾਂ ਨੂੰ, ਦੇਸ਼ ਵਾਸੀਆਂ ਨੂੰ, ਮੇਰੇ ਇਲਾਕਾ ਥਾਣਾ ਲੋਹੀਆਂ ਦੇ ਸਾਰੇ ਵਸਨੀਕਾਂ ਨੂੰ ਸਤਿ ਸ਼੍ਰੀ ਅਕਾਲ ਆ, ਅਤੇ ਮੇਰੀ ਅਪੀਲ ਆ ਕਿ ਉਹ ਕਰੋਨਾ ਵਾਇਰਸ ਦੇ ਜੋ ਪੂਰੇ ਵਿਸ਼ਵ ਦੇ ਵਿੱਚ ਖਤਰਾ ਮੰਡਰਾ ਰਿਹਾ, ਸਾਰੇ ਜਾਣੂ ਨੇ ਸੋਸ਼ਲ ਮੀਡੀਆ ਰਾਹੀਂ, ਪ੍ਰਿੰਟ ਮੀਡੀਆ ਰਾਹੀਂ ਔਰ ਟੈਲੀਵਿਜ਼ਨ ਚੈਨਲਾਂ ਦੇ ਉੱਤੋਂ ਸਰਕਾਰ ਵੱਲੋਂ ਵਾਰ ਵਾਰ ਅਪੀਲਾਂ ਕੀਤੀਆਂ ਜਾ ਰਹੀਆਂ। ਮੈਂ ਵੀ ਉਸੇ ਹੀ ਕੜੀ ਦਾ ਮੈਂਬਰ ਹਾਂ। ਮੈਂ ਬਤੌਰ ਮੁੱਖ ਅਫਸਰ ਥਾਣਾ ਲੋਹੀਆਂ ਸਾਰੇ ਹੀ ਇਲਾਕੇ ਦੇ ਪੰਚਾਂ, ਸਰਪੰਚਾਂ ਅਤੇ ਮੋਹਤਰ ਵਿਅਕਤੀਆਂ ਨੂੰ ਇਹ ਅਪੀਲ ਕਰਦਾ ਕਿ ਉਹ ਕਰੋਨਾ ਵਾਇਰਸ ਦੇ ਤੋਂ ਬਚਣ ਵਾਸਤੇ ਆਪਣੇ ਆਪਣੇ ਸੰਪਰਕ ਵਿੱਚ ਜਿੰਨੇ ਵੀ ਉਹਨਾਂ ਦੇ ਪਰਿਵਾਰ ਨੇ, ਉਹਨਾਂ ਦੇ ਘਰ ਦੇ ਨੇ, ਉਹਨਾਂ ਨੂੰ ਆਪਣੇ ਘਰਾਂ ਵਿੱਚ ਰੱਖਣ ਔਰ ਜੋ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੈਡੀਕਲ ਦੀ ਸਹੂਲਤ ਚਾਹੀਦੀ ਆ, ਉਹਨਾਂ ਨੂੰ ਅਸੀਂ ਮੇਰੇ ਨੰਬਰ 78373 40029 'ਤੇ ਸੰਪਰਕ ਕਰਨ, SMO ਸਾਹਿਬ ਦੇ ਨੰਬਰ 'ਤੇ ਕਰਨ, ਇਲਾਕਾ ਸ਼ਾਹਕੋਟ ਦੇ SDM ਸਾਹਿਬ ਦੇ ਨੰਬਰਾਂ 'ਤੇ ਸੰਪਰਕ ਕਰਨ। ਅਸੀਂ ਸਾਰੇ ਗਰੁੱਪ ਵਿੱਚ ਉਹਨਾਂ ਨੂੰ ਨੰਬਰ ਸੈਂਡ ਕੀਤੇ ਹੋਏ ਆ, 104 'ਤੇ ਕਰਨ ਜੇਕਰ ਕੋਈ ਕਿਸੇ ਨੂੰ ਕੋਈ ਮੈਡੀਕਲ ਦੀ ਪ੍ਰੋਬਲਮ ਹੈਗੀ ਆ। ਬਾਕੀ ਜਿਹੜੇ ਵਿਦੇਸ਼ਾਂ ਤੋਂ ਜਿੰਨੇ ਵੀ ਕੋਈ ਸਾਡੇ ਵਿਦੇਸ਼ੀ ਵੀਰ ਆਏ ਨੇ, ਅਸੀਂ ਉਹਨਾਂ ਨੂੰ ਘਰਾਂ ਦੇ ਵਿੱਚ ਜਾ ਕੇ ਇਕੱਲੇ ਤੌਰ 'ਤੇ ਉਹਨਾਂ ਨੂੰ ਪਾਬੰਦ ਕੀਤਾ ਕਿ ਘਰਾਂ ਤੋਂ ਬਿਲਕੁਲ ਬਾਹਰ ਨਹੀਂ ਨਿਕਲਣਗੇ ਔਰ ਆਪਣੇ ਪਰਿਵਾਰ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਸੰਪਰਕ ਨਹੀਂ ਰੱਖਣਗੇ। ਪਿੰਡ ਵਿੱਚ ਉਹ ਬਿਲਕੁਲ ਕਿਸੇ ਨਾਲ ਕੋਈ ਸੰਪਰਕ ਨਹੀਂ ਰੱਖਣਗੇ, ਦੂਰੀ ਬਣਾ ਕੇ ਰੱਖਣਗੇ। ਹੋਰ ਜੋ ਕਰਫਿਊ ਲਾਗੂ ਹੈ ਲਗਾਤਾਰ, ਇਹਦੇ ਵਿੱਚ ਜਿਹੜੀ ਕੋਈ ਵੀ ਛੋਟ ਹੈਗੀ ਆ, ਹੁਣ ਜੋ ਮੈਡੀਕਲ ਸਹੂਲਤ ਆ ਉਹਦੇ ਵਾਸਤੇ ਛੋਟ ਆ, ਉਹ ਆਪਣੇ ਆਪ ਵਿੱਚ ਇਹ ਕਰਫਿਊ ਆ, ਮੇਰੇ ਨਾਲ ਸੰਪਰਕ ਕਰ ਸਕਦੇ ਜੇ ਕੋਈ ਮੇਰਾ ਕੋਈ ਕਰਮਚਾਰੀ ਉਹਨਾਂ ਨੂੰ ਰਸਤੇ ਵਿੱਚ ਰੋਕਦਾ। ਕੋਈ ਸਬਜ਼ੀ ਵਾਲਾ ਆ, ਉਹ ਕੋਈ ਫੇਰੀ ਲਗਾ ਕੇ ਸਬਜ਼ੀ ਘਰਾਂ ਤੱਕ ਪ੍ਰੋਵਾਈਡ ਕਰ ਸਕਦਾ। ਕਰਿਆਨੇ ਦਾ ਅਸੀਂ ਹੁਣ ਮੀਟਿੰਗ ਕਰ ਰਹੇ ਹਾਂ ਵਪਾਰ ਮੰਡਲ ਨਾਲ ਕਿ ਉਹਨਾਂ ਨੂੰ ਪਿੰਡ ਵਿੱਚ ਜਿਹੜੇ ਕਰਿਆਨੇ ਦੀਆਂ ਦੁਕਾਨਾਂ ਆ ਉਹ ਸੰਪਰਕ ਕਰਨਗੇ, ਪਿੰਡ ਵਿੱਚ ਅਨਾਊਂਸਮੈਂਟ ਕਰਵਾ ਕੇ ਜਿਹੜੇ ਜਿਹੜੇ ਘਰਾਂ ਵਿੱਚ ਜਿਨ੍ਹਾਂ ਨੂੰ ਸੌਦਾ ਚਾਹੀਦਾ ਆ ਉਹ ਟੈਲੀਫੋਨ 'ਤੇ ਉੱਤੇ ਲਿਖਵਾਉਣਗੇ ਔਰ ਉਹਨਾਂ ਨੂੰ ਉਹ ਪੈਸੇ ਭੇਜ ਦੇਣਗੇ ਅਤੇ ਵਲੰਟੀਅਰ ਉਹਨਾਂ ਦੇ ਘਰਾਂ ਤੱਕ ਉਹਨਾਂ ਨੂੰ ਸਮਾਨ ਪਹੁੰਚਾਉਣਗੇ। ਕੋਈ ਵੀ ਆਦਮੀ ਘਰ ਤੋਂ ਬਾਹਰ ਨਾ ਨਿਕਲੇ ਬਿਨਾਂ ਵਜ੍ਹਾ, ਜੇ ਕੋਈ ਖੇਤਾਂ ਵਿੱਚ ਬੈਠਾ ਹੈ ਤਾਂ ਉਹ ਆਪਣੇ ਖੇਤਾਂ ਵਿੱਚ ਉੱਥੇ ਹੀ ਰਹੇ, ਰੋਡ ਦੇ ਉੱਤੇ ਨਾ ਆਵੇ, ਵਾਇਰਸ ਇੱਕ ਦੂਜੇ ਤੋਂ ਨਾ ਪਹੁੰਚਾਵੇ। ਇਹ ਖਤਰਨਾਕ ਵਾਇਰਸ ਆ, ਇਹਦਾ ਕੋਈ ਇਲਾਜ ਨਹੀਂ ਹੈਗਾ, ਸਭ ਜਾਣੂ ਨੇ ਇਸ ਬਾਰੇ। ਮੈਂ ਫਿਰ ਵਾਰ ਵਾਰ ਅਪੀਲ ਕਰਦਾ ਕਿ ਘਰਾਂ ਤੋਂ ਬਾਹਰ ਨਾ ਆਉਣ, ਕਰਫਿਊ ਦੀ ਪਾਲਣਾ ਕਰਨ। ਜੋ ਇਹ ਕਰਫਿਊ ਲਗਾਇਆ ਗਿਆ ਇਹ ਲੋਕਾਂ ਨੂੰ ਪਰੇਸ਼ਾਨ ਕਰਨ ਦੀ ਕੋਈ ਮੰਤਵ ਨਾਲ ਨਹੀਂ ਆ, ਇਹ ਤਾਂ ਲੋਕਾਂ ਦੇ ਬਚਾਅ ਵਾਸਤੇ ਲਗਾਇਆ ਗਿਆ। ਜੈ ਹਿੰਦ। ਜਿਹੜਾ ਕਰਫਿਊ ਲਗਾਇਆ ਗਿਆ, ਜਿਹੜੇ ਲੋਕ ਘਰਾਂ ਦੇ ਵਿੱਚੋਂ ਬਾਹਰ ਨਿਕਲਣ ਨਹੀਂ ਵਿਹਾਰ ਰਹੇ, ਉਹਨਾਂ 'ਤੇ ਪੁਲਿਸ ਕੀ ਕਾਰਵਾਈ ਕਰ ਰਹੀ ਹੈ? ਅਸੀਂ ਉਹਨਾਂ ਦੇ ਉੱਤੇ ਧਾਰਾ 144 ਦੇ ਮੁਤਾਬਕ ਜੋ DC ਸਾਹਿਬ ਵੱਲੋਂ ਕਰਫਿਊ ਨਾਫਜ਼ ਕੀਤਾ ਗਿਆ ਉਹ ਕੰਟੀਨਿਊ ਆ। ਉਹ ਦੇਸ਼ ਦੇ PM ਸਾਹਿਬ ਨੇ ਲੋਕਡਾਊਨ ਬਾਰੇ ਕੱਲ੍ਹ ਅਨਾਊਂਸ ਕੀਤਾ ਹੈ ਕਿ ਉਹ 14 ਦਿਨ ਅੱਗੇ ਹੋਰ ਐਕਸਟੈਂਡ ਹੋਇਆ। ਅਗਰ ਫਿਰ ਵੀ ਕੋਈ ਨਹੀਂ ਇਸ ਦੀ ਪਾਲਣਾ ਕਰਦਾ ਤਾਂ ਅਸੀਂ ਉਹਦੇ ਖਿਲਾਫ 188 IPC ਦਾ ਪਰਚਾ ਦਰਜ ਕਰਦੇ ਹਾਂ। ਜੋ ਵੀ ਧਾਰਾ 144 ਉਲੰਘਣਾ ਕਰੇਗਾ, ਵਾਇਲੇਸ਼ਨ ਕਰੇਗਾ, ਉਹਦੇ ਖਿਲਾਫ ਅਸੀਂ ਸਖ਼ਤ ਕਾਰਵਾਈ ਕਰਾਂਗੇ, ਉਹਨੂੰ ਅਸੀਂ ਬਖਸ਼ਾਂਗੇ ਨਹੀਂ। ਲੋਹੀਆਂ ਖਾਸ ਤੋਂ ਲਵਪ੍ਰੀਤ ਸਿੰਘ ਦੀ ਰਿਪੋਰਟ, ਪੈਰਾਗਾਰ TV।